सत श्री अकाल किसान वीरों, मैं मनिंदर सिंह फार्मर्स वैलफेयर हब दे चैनल ते तुहाडा बहुत बहुत स्वागत करदा। अज असी पहुंचे हाँ बठिंडे, जिथों की धरती शौंकां दे लई अज तो नहीं शुरू तो ही जानी जा रही है। इहदे च घोड़ियां रफलां का शौक शुरू तो ही नौजवानों विच पाया गया है। तो अज आपां पहुंचे हाँ ढिल्लों स्टड फार्म ते, ते अपने नाल ने संदीप बाई जी, ते अज इहनां दा असी साडे चैनल ते बहुत बहुत स्वागत करदे। वेलकम भाई जी, सत श्री अकाल जी सारयां नूं। ढिल्लों स्टड फार्म च असी पहुंचे हाँ, तो उत्थे आपां गल करदे हाँ अलबख्श की, जो बहुत ही मेलियां की शान रह चुका है। तो द्रोणा इहदे पिता सी, तो जो बहुत ही स्टैलीयन घोड़ा जिन्हां दी बहुत ही वधिया ब्रीड अगे आपां नूं बच्चा वेखण नूं मिल रहा है। तो इहदे बारे ज़्यादा जानकारी आपां बाई जी तो लाँगे, शहरी बाई तो। हाँ जी बाई जी, इहदे बारे इहदी उमर ते इहदी हाइट बारे तुसीं दस्सो। इहदी उमर बाई जी लगभग 5.5 सालों तों प्लस हो गया जी। ठीक है जी। तो हाइट इहदी 66 है जी। ਠੀਕ ਹੈ ਜੀ। ਫਾਦਰ ਇਹਦਾ ਡਰੋਨਾ ਘੋੜਾ ਜੀ, ਸਟੈਲੀਅਨ ਜੋ ਵਿਕ ਗਿਆ ਇਸ ਟਾਈਮ ਪੂਨੇ ਚਲਾ ਗਿਆ ਜੀ। ਠੀਕ ਹੈ ਜੀ। ਅਤੇ ਇਹਦੀ ਮਾਤਾ? ਇਹਦੀ ਮਾਤਾ ਬਾਈ ਜੀ ਮਾਲਾਨੀ ਲਾਈ, ਮਨਕੀ ਨਾਂ ਦੀ ਘੋੜੀ ਸੀ, ਮਰ ਗਈ ਜੀ, ਉਹ ਇਦੋਂ ਪਹਿਲਾਂ ਪੂਰੀ ਹੋ ਚੁੱਕੀ ਹੈ। ਠੀਕ ਹੈ ਜੀ। ਉਹ ਜਗਨੂ ਗਾਂਧੀ ਜੀ ਦੇ ਘਰ ਬਰੀਡ ਹੋਇਆ ਵਾ ਅਹਿਮਦਾਬਾਦ। ਠੀਕ ਹੈ ਜੀ। ਮਾਂ ਦੀ ਮਾਲਾਨੀ ਲਾਈ ਨੇ ਇਹਦੀ ਹੈ ਜੀ। ਅਤੇ ਆਪਾਂ ਘੋੜਿਆਂ ਦਾ ਸ਼ੌਂਕ ਆਪਾਂ ਨੂੰ ਸ਼ੁਰੂ ਤੋਂ ਸੀ ਜਾਂ ਪਰਿਵਾਰ 'ਚ ਪਹਿਲੇ ਵੀ ਕੋਈ ਘੋੜਿਆਂ ਦਾ ਸ਼ੌਂਕ ਰੱਖਦੇ ਸੀ? ਘੋੜਿਆਂ ਦਾ ਸ਼ੌਂਕ ਬਾਈ ਜੀ ਇੱਦਾਂ ਹੀ, ਮੇਰੇ ਮਾਮਾ ਜੀ ਸਰਦਾਰ ਸਿੰਘ ਸਰਪੰਚ ਸੇਖਾ ਕਲਾਂ ਦੇ ਰਹੇ ਆ, ਜੋ ਕਿ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਉਹਨਾਂ ਕੋਲ ਪਹਿਲੇ ਦਿਨ ਤੋਂ ਹੀ ਬਹੁਤ ਚੰਗੀਆਂ ਸੀ, ਉੱਥੇ ਜਾਂਦੇ ਤਾਂ ਉੱਥੇ ਹੀ ਸ਼ੌਂਕ ਲੱਗ ਗਿਆ। ਅਤੇ ਬਚਪਨ ਤੋਂ ਹੀ ਸ਼ੌਂਕ ਲੱਗਿਆ ਬਾਈ, ਕਾਫੀ ਸਮੇਂ ਲੰਮੇ ਟਾਈਮ ਤੋਂ ਚੱਲ ਰਿਹਾ ਜੀ ਘੋੜਿਆਂ ਦਾ ਕੰਮ। ਠੀਕ ਹੈ ਜੀ। ਅਤੇ ਹੋਰ ਇਹਦੀ ਮੀਟਿੰਗ ਵਗੈਰਾ ਦਾ ਆਪਾਂ ਕੀ ਖਰਚਾ ਚਾਰਜ ਕਰ ਰਹੇ ਹਾਂ? ਇਹਦੀ ਮੀਟਿੰਗ ਦਾ ਬਾਈ ਜੀ ਇਸ ਟਾਈਮ 51,000 ਹੈ ਜੀ। ਠੀਕ ਹੈ ਜੀ। ਅਤੇ ਹੋਰ ਇਹਦੇ ਜੋ ਬੱਚੇ ਆ ਰਹੇ ਨੇ ਉਹ ਸਕਸੈਸਫੁਲ ਰੇਟ ਕਿੰਨਾ ਹੈ ਜੀ? ਇਹਦੇ ਬੱਚਿਆਂ ਦਾ ਬਾਈ ਜੀ ਮੰਨ ਕੇ ਚੱਲੋ ਵੀ ਹੁਣ ਤੱਕ ਪ੍ਰਾਈਜ਼ ਕੋਈ ਵੀ ਨਹੀਂ, ਬੇਮਿਸਾਲ ਰਿਜ਼ਲਟ ਆ, ਟੌਪ ਦਾ ਰਿਜ਼ਲਟ ਆ ਜੀ ਇਸ ਟਾਈਮ। ਪਿਛਲੀ ਵਾਰ ਵੀ ਹਿੰਦ ਕੇਸਰੀ ਬੱਚਾ ਸ਼ੋਅਵਾਂ 'ਚ ਲੱਗਿਆ ਸੀਗਾ, ਉਹ ਬਾਈ ਯਾਦਗਰੇ ਵਾਲਾ ਮੁੰਡਾ ਜੀ ਨਾਭੇ ਕੋਲ, ਉਹਨਾਂ ਕੋਲ ਸੀਗਾ ਜੀ। ਅਤੇ ਉਹਨਾਂ ਦਾ ਬੱਚਾ ਪਿਛਲੇ ਏਰੀਏ ਦਾ ਨੰਬਰਾਂ 'ਚ ਆਇਆ ਸ਼ੋਆਂ 'ਚ, ਠੀਕ ਹੈ, ਦੋ ਸ਼ੋਅ ਲੜਿਆ ਜੀ, ਅਤੇ ਕਾਫੀ ਜ਼ਿਆਦਾ ਯਾਨੀ ਕਿ ਬੱਚੇ ਚੰਗੇ ਆ ਰਹੇ ਆ ਜੀ। ਅਤੇ ਇਹਨੂੰ ਆਪਾਂ ਕਦੇ ਰਿੰਗ 'ਚ ਨਹੀਂ ਉਤਾਰਿਆ ਜਾਂ ਕਦੇ? ਨਹੀਂ ਨਹੀਂ ਬਾਈ ਜੀ, ਮੌਕਾ ਬਾਈ ਜੀ ਮੰਨ ਲਓ ਸਵਾਬੀ ਨਹੀਂ ਮਿਲਿਆ, ਇੱਕ ਵਾਰ ਉਤਾਰ ਕੇ ਵੇਖਿਆ ਟਿਕ ਨਹੀਂ ਰਿਹਾ ਸੀ, ਬਹੁਤ ਵਾਰ ਲਾਇਆ ਹੀ ਨਹੀਂ ਜੀ ਰਿੰਗ 'ਚ ਕਿਸੇ 'ਚ। ਅਤੇ ਉਦੋਂ ਬਾਅਦ ਇਹਦੀ ਜੋ ਸਕਸੈਸਫੁਲ ਰੇਟ ਹੈ ਬੱਚਿਆਂ ਦੀ ਉਹ ਕਾਫੀ ਅੱਛੀ ਸਕਸੈਸਫੁਲ ਬਾਈ ਜੀ। ਇੱਕ ਪਿੱਛੇ ਦੀ ਬੱਚੀ ਮੈਂ ਸਾਰਿਆਂ ਨੂੰ ਪਹਿਲਾਂ ਅਲਬਖਸ਼ ਦੀ ਘਰ ਤੋਂ ਬੱਚੀ ਜੋ ਆਪ ਬਰੀਡ ਕਰਕੇ ਪੈਦਾ ਕਰਕੇ ਸੇਲ ਆਊਟ ਕੀਤੀ ਹੈ, ਠੀਕ ਹੈ ਜੀ, ਉਹ ਨੰਨੀ ਗੋਪਾਲਪੁਰ ਕੋਲ ਹੈ ਜੀ, ਬਹੁਤ ਚੰਗੀ ਬੱਚੀ ਆ, ਉਹ ਵੀ ਮੱਥੇ 'ਤੇ ਬਲੇਜ਼ਰ, ਦੋ ਪੈਰ ਚਿੱਟੇ ਆ ਜੀ, ਠੀਕ ਹੈ। ਉਹ ਬਾਈ ਜੀ 8 ਲੱਖ ਰੁਪਏ ਦੀ ਰਿਕਾਰਡ ਪ੍ਰਾਈਸ 'ਤੇ ਦਿੱਤੀ ਸੀ ਮੈਂ, ਠੀਕ ਹੈ। ਉਦੋਂ ਇੱਕ ਬੱਚੀ ਹੋਰ ਆ ਬਾਈ ਜੀ ਆਪਣਾ ਜੱਗਾ ਜੰਡੀਆਂ ਹੈ ਜੀ, ਹਾਂਜੀ, ਕੋਚ ਆ ਭਗਵਾਨਪੁਰ ਟੀਮ ਦੇ, ਹਾਂਜੀ, ਉਹਨਾਂ ਕੋਲ ਆ ਬਾਈ ਜੀ, ਬਹੁਤ ਸੋਹਣੀ ਬੱਚੀ ਹੈ ਜੀ। ਕਾਫੀ ਬੱਚੇ ਬਾਈ ਜੀ ਮੰਨ ਕੇ ਚੱਲੋ ਵੀ ਜੋ ਸਾਡੇ ਘਰ ਆਪਦੇ ਇਸ ਟਾਈਮ ਵੀ 3 ਫੀਮੇਲ ਆ ਜੀ, ਇੱਕ ਕੋਟਾ ਅਤੇ 3 ਫਿਲੀਜ਼ ਆ ਜੀ ਮੇਰੇ ਕੋਲ ਆਪਦੇ ਕੋਲ ਬਖਸ਼ਦੀਆਂ, ਠੀਕ ਹੈ ਜੀ, ਬਹੁਤ ਚੰਗੀ ਹਾਈਟ ਵਗੈਰਾ ਲੈਂਥ ਵਗੈਰਾ ਵਧੀਆ ਪ੍ਰੋਡਿਊਸ ਕਰ ਰਿਹਾ ਜੀ, ਠੀਕ ਹੈ ਜੀ। ਅਤੇ ਹੋਰ ਵੀ ਆਪਾਂ ਘੋੜੇ ਦੇ ਨਾਲ ਨਾਲ ਪਾਲ ਰਹੇ ਹਾਂ ਜਾਂ ਦੇਖਭਾਲ ਕਰ ਰਹੇ ਹਾਂ ਉਹਨਾਂ ਦੀ? ਬਾਈ ਜੀ ਉਹ ਪਾਲ ਰਹੇ ਆਪਦੇ ਜਾਨਵਰ ਆਉਂਦੇ ਸਮੇਂ ਟਾਈਮ, ਚੰਗੀ ਬਰੀਡ ਕਰ ਪੈਦਾ ਕਰਕੇ ਦੇਵਾਂਗੇ ਲੋਕਾਂ ਨੂੰ, ਠੀਕ ਹੈ, ਪ੍ਰੋਡਿਊਸ ਕਰ ਰਹੇ ਹਾਂ, ਚੱਲ ਰਿਹਾ ਜੀ ਨਾਲ ਨਾਲ, ਠੀਕ ਹੈ। ਜਿਵੇਂ ਕਿ ਆਪਾਂ ਵੇਖ ਸਕਦੇ ਹਾਂ ਘੋੜਾ ਕਾਫੀ ਐਕਟਿਵ ਹੈ, ਅਤੇ ਇਹਦੇ ਮੱਥੇ 'ਤੇ ਪੱਟਾ ਵੀ ਹੈ ਅਤੇ 3 ਮਾਰਕ ਹੋਰ ਵੀ ਹੈ ਪੈਰਾਂ 'ਤੇ ਚਿੱਟੇ ਨਿਸ਼ਾਨ ਨੇ, ਅਤੇ ਇਹਦੇ ਪਿਤਾ ਬਾਰੇ ਥੋੜ੍ਹੀ ਹੋਰ ਤੁਸੀਂ ਜਾਣਕਾਰੀ ਦਿਓ ਜੀ। ਇਹਦੇ ਪਿਤਾ ਬਾਈ ਜੀ ਡਰੋਨਾ ਘੋੜਾ ਸੀਗਾ ਜੀ, ਸਟੈਲੀਅਨ ਜੋ ਕਿ ਪੂਨੇ ਚਲਾ ਗਿਆ, ਹਾਂਜੀ, ਇਹਦਾ ਡਰੋਨੇ ਦਾ ਫਾਦਰ ਆ ਸ਼ਾਨਦਾਰ ਦਾ ਬੈਸਟ ਰਿਜ਼ਲਟ, ਅਤੇ ਹੁਣ ਤੱਕ ਦਾ ਬਹੁਤ ਟੌਪ ਦਾ ਪ੍ਰੋਡਿਊਸਰ ਰਿਹਾ ਜੀ, ਠੀਕ ਹੈ। ਸਚਿਨ ਲਗਾੜ ਜੀ ਉਹਦੇ ਓਨਰ ਹੈ, ਜੋ ਨਿਊ ਹੈ ਪਹਿਲਾਂ ਉਹ ਬਾਈ ਗੈਰੀ ਗੁਰਪ੍ਰਤਾਪ ਜੀ ਕੋਲ ਸੀਗਾ, ਉਹਨਾਂ ਨੇ ਸੇਲ ਆਊਟ ਕੀਤਾ ਜੀ ਪਿੱਛੇ ਜੀ ਹੋਇਆ, ਠੀਕ, ਮਹੀਨਾ ਕੁ ਹੋਇਆ ਜੀ ਉਹਨੂੰ ਸੇਲ ਆਊਟ ਹੋਏ ਨੂੰ, ਇਕੱਲੇ ਬਲੇਜ਼ ਦਾ ਇਹਦਾ ਫਾਦਰ ਸੀਗਾ ਜੀ, ਠੀਕ, ਅੱਗੇ ਤਾਂ ਫਾਦਰ ਦੀ ਯਾਨੀ ਕਿ ਜਿਹੜੀ ਮਦਰ ਆ ਉਹ ਬਹੁਤ ਚੰਗੀ ਘੋੜੀ ਸੀਗੀ ਜੀ, ਠੀਕ ਹੈ, ਯਾਨੀ ਕਿ ਬਲੱਡ ਲਾਈਨ ਪੱਖੋਂ ਹਰੇਕ ਪਾਸੇ ਪਰਫੈਕਟ ਹੈ ਜੀ ਅੱਜ ਦੇ ਟਾਈਮ, ਪਰਫੈਕਟ ਚੱਲ ਰਿਹਾ ਜੀ। ਅਤੇ ਇਹਨੇ ਕਿੰਨੀਆਂ ਕੁ ਮੀਟਿੰਗਾਂ ਅੱਜ ਤੱਕ ਕੀਤੀਆਂ? ਇਹਨੇ ਬਾਈ ਜੀ 95+ ਮੀਟਿੰਗ ਜਾਵਣੀਆਂ ਜੀ। ਅੱਛਾ ਜੀ, ਹਾਂਜੀ। ਅਤੇ ਟੋਟਲ ਕਿੰਨਾ ਟਾਈਮ ਹੋ ਗਿਆ ਮੀਟਿੰਗ ਕਰਦੇ? ਮੀਟਿੰਗ ਬਾਈ ਜੀ ਇਹਨੂੰ ਮੰਨ ਕੇ ਚੱਲੋ ਜੀ 3 ਫਰਵਰੀ ਨੂੰ ਸਾਡੇ ਕੋਲ 3 ਸਾਲ ਪੂਰੇ ਹੋ ਜਾਣਗੇ ਜੀ ਇਹਨੂੰ, ਠੀਕ ਹੈ, ਪੌਣੇ 3 ਸਾਲਾਂ ਤੋਂ ਘੱਟ ਹੀ, ਥੋੜ੍ਹਾ ਜਿਹਾ 2.5 ਸਾਲ ਤੋਂ ਵੱਧ ਜਾਵੜਿਆ, ਉਦੋਂ ਦਾ ਸਾਡੇ ਕੋਲ ਮੀਟਿੰਗ ਕਰ ਰਿਹਾ, ਉਦੋਂ ਪਹਿਲਾਂ ਵੀ ਇਹਨੇ ਮੀਟਿੰਗ ਕੀਤੀ ਹੋਈ ਸੀ, ਕਿਉਂਕਿ ਆਪਾਂ 2 ਦੰਦ ਹੋਇਆ ਵਾ ਲਿਆ ਜੀ, ਠੀਕ ਹੈ। ਹੁਣ ਕਿੰਨੇ ਦੰਦ ਹੈ ਜੀ ਇਹਦੇ? ਹੁਣ ਇਸ ਟਾਈਮ ਬਾਈ 5.5 ਸਾਲ ਦਾ ਦੰਦ ਪੂਰੇ ਪਜਾਰੇ ਲੱਗ ਗਿਆ ਜੀ, ਸੂਏ ਚੱਕਿਆ ਜੀ, ਠੀਕ ਹੈ। ਅਤੇ ਆਪਾਂ ਪਹਿਲੇ ਕਿੰਨਾ ਕੋਲੋਂ ਲਿਆ ਜੀ? ਪਹਿਲਾਂ ਬਾਈ ਆਪਾਂ ਬਾਈ ਗੈਰੀ ਗੁਰਪ੍ਰਤਾਪ ਜਿਹਨਾਂ ਕੋਲ ਡਰੋਨਾ ਦਾ ਫਾਦਰ ਸੀਗਾ ਜੀ, ਉਹਨਾਂ ਤੋਂ ਹੀ ਲਿਆ ਸੀਗਾ ਜੀ, ਠੀਕ ਹੈ ਜੀ। ਜਹਾਂਗੀਰ ਦੀ ਮਦਰ ਆ ਜੀ, ਸਟੈਲੀਅਨ ਹੈ ਜਹਾਂਗੀਰ, ਕਾਲੇ ਕੰਟ ਦਾ ਬੱਚਾ ਜੀ, ਦੀਪੂ ਸ਼ਰਮਾ ਜੀ ਕੋਲ ਆ। ਇਹਦੇ ਬਾਈ ਜੀ ਕਵਰਿੰਗ ਵਾਸਤੇ ਨਾਸਰਾਬਾਦ ਤੋਂ, ਰਾਜਸਥਾਨ ਤੋਂ ਘੋੜੀ ਆਈ ਹੋਈ ਹੈ। ਇਹਦੇ ਮਾਲਕ ਮਹੀਪਾਲ ਚੌਧਰੀ ਜੀ ਆ ਨਾਸਰਾਬਾਦ ਤੋਂ। ਇਹ ਸਟੈਲੀਅਨ ਦੀ ਉਹ ਜਹਾਂਗੀਰ ਦੀ ਮਦਰ ਆਈ ਕਵਰਿੰਗ ਵਾਸਤੇ ਕਵਰਿੰਗ ਹੋ ਗਈ ਹੈ ਜੀ ਹੁਣੀ ਹੈ। ਇਹ ਬਾਈ ਜੀ ਅਲਬਖਸ਼ ਦੀ 25 ਦਿਨਾਂ ਦੀ ਬੱਚੀ ਹੈ ਜੀ, ਜਿਹਦੇ ਇਕੱਲੇ ਬਲੇਜ਼ ਹੀ ਆਇਆ ਮੱਥੇ 'ਤੇ ਜੀ,
ਕੰਨ ਦੇਖ ਸਕਦੇ ਹੋ ਧੌਣ ਪਤਲੀ ਲੈਂਥ ਧੌਣ ਦੀ ਨੈਕ ਪ੍ਰੋਫਾਈਲ ਹਰੇਕ ਪਾਸਿਓਂ ਬਖਸ਼ ਦਾ ਇਹਦੀ ਮਾਂ ਬਾਰੇ ਇਹਦੀ ਮਾਂ ਬਾਈ ਜੀ ਡਾਇਰੈਕਟ ਇੱਕ ਨਹੀਂ ਇਹਦੀ ਹੈ ਜੀ ਆਪ ਠੀਕ ਹੈ ਇਹ ਰਾਜਸਥਾਨ ਤੋਂ ਆਈ ਵੀ ਹੈ ਜੀ ਬਾਈ ਗੈਰੀ ਨੇ ਲੈ ਕੇ ਦਿੱਤੀ ਹੈ ਜੀ ਗੁਰਪ੍ਰਤਾਪ ਜੀ ਨੇ ਵੀਰ ਸਟੱਡ ਫਾਰਮ ਜਿਹਨਾਂ ਕੋਲ ਡਰੋਨਾ ਸੀ ਇਸ ਟਾਈਮ ਪੰਜਾਬ ਘੋੜਾ ਉਹਨਾਂ ਕੋਲ ਬਹੁਤ ਚੰਗੇ ਜਾਨਵਰ ਆ ਜੀ ਉਹਨਾਂ ਕੋਲ ਅਤੇ ਜਿਨ੍ਹਾਂ ਨੇ ਪੰਜਾਬ ਦਾ ਇਸ ਟਾਈਮ ਸਾਰਿਆਂ ਨਾਲੋਂ ਮਹਿੰਗੇ ਜਾਨਵਰ ਵੇਚੇ ਵੀ ਉਹਨਾਂ ਨੇ ਆ ਜਾਂ ਸਾਰਿਆਂ ਨਾਲੋਂ ਚੰਗੀ ਬਰੀਡ ਉਹਨਾਂ ਕੋਲ ਜ਼ਿਆਦਾ ਆ ਵੀ ਉਹਨਾਂ ਕੋਲ ਜਾਨਵਰ ਲਗਭਗ 65-70 ਜਾਨਵਰ ਰਹਿੰਦੇ ਹੁਣ ਹੀ ਹੋਇਆ ਜੀ ਉਹ ਇਹ ਤੋਂ ਪਹਿਲਾਂ 100-100 ਜਾਨਵਰ ਰਿਹਾ ਉਹਨਾਂ ਕੋਲ ਠੀਕ ਹੈ ਸੋ ਕਿਸਾਨ ਵੀਰੋ ਆਪਾਂ ਦੇਖ ਸਕਦੇ ਹਾਂ ਇਹ ਅਲਬਖਸ਼ ਦੇ ਬਹੁਤ ਹੀ ਵਧੀਆ ਜੋ ਰਿਜ਼ਲਟ ਨੇ ਮੀਟਿੰਗ ਰਿਜ਼ਲਟ ਨੇ ਇਹ ਵੀ ਬਾਈ ਜੀ ਅਲਬਖਸ਼ ਦਾ ਬੱਚਾ ਜੀ ਇਹ ਹੁਣ ਤੱਕ ਦਾ ਸਾਡੇ ਘਰ ਪਹਿਲਾ ਕੋਲਟ ਆ ਜੀ ਅਤੇ ਇਹਦੀ ਉਮਰ ਵੀ ਹਜੇ ਕੁਛ ਨਹੀਂ ਹੋਈ ਬਾਈ ਛਿੱਗੜੀ ਵੀ ਨਹੀਂ ਪੱਟੀ ਇਹਨੇ ਜੀ ਦਿਖਾਉਣਾ ਤੁਹਾਨੂੰ ਵੀ ਛਿੱਗੜੀ ਵੀ ਨਹੀਂ ਪੱਟੀ ਹਾਈਟ ਅਤੇ ਲੈਂਥ ਦੇਖੋ ਬੱਚਾ ਕਿੱਥੇ ਆ ਕਿੱਥੇ ਨਹੀਂ ਇਹਦੀ ਮਾਂ ਦੇ ਕੋਈ ਮੱਥੇ ਦੇ ਮਾਰਕਿੰਗ ਨਹੀਂ ਜੀ ਉਹ ਸਾਰਾ ਬਲੇਜ ਆ ਇਕੱਲਾ ਇਹਦੇ ਆਪਦੇ ਮਾਂ ਦੇ ਕੁਛ ਵੀ ਨਹੀਂ ਸੀ ਮਾਂ ਇਹਦੀ ਨਾਗ ਦੀ ਹੈ ਤੇਲੀ ਇੱਕ ਮੈਂ ਤਾਂ ਘੋੜੀ ਹੈ ਜੀ ਕੰਨ ਦੇਖੋ ਕੋਈ ਓਵਰਲੈਪ ਨਹੀਂ ਕੋਈ ਕੁਛ ਨਹੀਂ ਜੀ ਪਰਫੈਕਟ ਆ ਹਰੇਕ ਪਾਸਿਓਂ ਜੀ ਆ ਜਾਓ ਨੇੜੇ ਤੁਹਾਨੂੰ ਛਿੱਗੜੀ ਪੱਟ ਕੇ ਆਹ ਦੇਖਿਓ ਬਾਈ ਜੀ ਇਹਦੇ ਹਜੇ ਤੱਕ ਮਿਲਕ ਟੀਥ ਦੁੱਧ ਕਹਿ ਦੁੱਧ ਅੰਦ ਕਹਿ ਸਕਦੇ ਵੀ ਹਜੇ ਜਿਹੜੀ ਛਿੱਗੜੀ ਵੀ ਨਹੀਂ ਪੂਰੀ ਕੀਤੀ ਚਾਰ ਦੰਦ ਇਹ ਛਿੱਗੜੀ ਪੱਟੀ ਵੀ ਨਹੀਂ ਜੀ ਇਹਦੀ ਉਮਰ ਕਿੰਨੀ ਹੈ ਜੀ ਉਮਰ ਇਹਦੀ ਬਾਈ ਜੀ ਲਗਭਗ 5 ਮਹੀਨੇ ਹੈ ਜੀ ਠੀਕ ਹੈ ਦੇਖੋ ਬਾਈ ਨੈਕ ਬਾਈ ਜੀ ਪ੍ਰੋਫਾਈਲ ਮਣੀਆਂ ਕਹਿ ਸਕਦੇ ਮਣੀਆਂ ਦੇਖੋ ਪੂਰਾ ਪਰਫੈਕਟ ਹਰੇਕ ਪਾਸੋਂ ਲੈਂਥ ਆ ਹਾਈਟ ਆ ਹੱਡ ਮਜ਼ਬੂਤ ਆ ਹਰੇਕ ਪਾਸੋਂ ਪਰਫੈਕਟ ਹੈ ਜੀ ਇਕੱਲਾ ਬਲੇਜ਼ ਬਲੇਜ਼ ਆ ਇਸ ਬੱਚੇ ਦੇ ਬਾਈ ਇਹ ਵੀ ਅਲਬਖਸ਼ ਦੀ ਬੱਚੀ ਹੈ ਜੀ ਕੰਨ ਕੁੰਡੀ ਵਾਲੇ ਆ ਜੀ ਤਕਰੀਬਨ ਹੀ ਜ਼ਿਆਦਾ ਪਹਿਲਾਂ ਮਊਆ ਬੱਚੀ ਦੇ ਕੰਨ ਕੁੰਡੀ ਵਾਲੇ ਜੋ ਸੋ ਆਪਾਂ ਦੇਖ ਸਕਦੇ ਹਾਂ ਅਲਬਖਸ਼ ਦੇ ਰਿਜ਼ਲਟ ਵੀ ਬਹੁਤ ਵਧੀਆ ਨੇ ਅਤੇ ਕਿਸੇ ਵੀ ਵੀਰ ਜੋ ਦੇਖ ਰਹੇ ਨੇ ਕਿਸੇ ਨੇ ਮੀਟਿੰਗ ਕਰਾਉਣੀ ਹੋਵੇ ਤਾਂ ਵੀਰ ਜੀ ਦਾ ਨੰਬਰ ਥੱਲੇ ਸਕਰੀਨ 'ਤੇ ਫਲੈਸ਼ ਹੋ ਰਿਹਾ ਤੁਸੀਂ ਇਹਨਾਂ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਿਸਾਨਾਂ ਨਾਲ ਜਾਂ ਦੂਜੇ ਵੀਰਾਂ ਨਾਲ ਸ਼ੇਅਰ ਕਰੋ ਅਤੇ ਇਹ ਚੰਗੀ ਨੌਲੇਜ ਤੁਸੀਂ ਵੀਰ ਜੀ ਤੋਂ ਵੀ ਲੈ ਸਕਦੇ ਹੋ ਇਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਿਆਂਗੇ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਦਾ ਸਾਨੂੰ ਇੰਨੀ ਵਧੀਆ ਜਾਣਕਾਰੀ ਦੇਣ ਦਾ ਅਤੇ ਕਿਸਾਨ ਵੀਰੋ ਤੁਸੀਂ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦੀ ਇਹੋ ਜਿਹੀ ਜਾਣਕਾਰੀ ਤੁਹਾਨੂੰ ਮਿਲ ਸਕੇ ਧੰਨਵਾਦ